ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਦਤਾਰਪੁਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਫ਼ਤਰ ਦੀਆਂ ਨੇ। ਤਸਵੀਰਾਂ 'ਚ ਸਭ ਕੁਝ ਆਮ ਵਾਂਗ ਦਿਖਾਈ ਦਿੰਦਾ ਹੈ, ਪਰ ਕੁਝ ਕੁ ਸਕਿੰਟਾਂ ਬਾਅਦ ਜੋ ਤੁਹਾਨੂੰ ਇਸ ਵੀਡੀਓ 'ਚ ਨਜ਼ਰ ਆਉਣ ਵਾਲਾ ਹੈ ਉਸ ਨਾਲ ਤੁਸੀਂ ਆਪਣੇ ਮੱਥੇ 'ਤੇ ਹੱਥ ਜ਼ਰੂਰ ਮਾਰੋਗੇ। ਕੁਰਸੀ 'ਤੇ ਬੈਠਾ ਇਹ ਸ਼ਖਸ ਸਕੂਲ ਦਾ ਪ੍ਰਿੰਸੀਪਲ ਵਿਕਰਮ ਸਿੰਘ ਹੈ, ਜਿਸ ਦਾ ਸਕੂਲ ਦੀਆਂ ਅਧਿਆਪਕਾਂ ਨਾਲ ਹੀ ਅਸ਼ਲੀਲਤਾ ਫੈਲਾਉਂਦੇ ਇੱਕ ਨਹੀਂ ਸਗੋਂ ਦੋ ਵੀਡੀਓਜ਼ ਵਾਇਰਲ ਹੋ ਰਹੇ ਨੇ। ਪਹਿਲਾ ਵੀਡੀਓ 'ਚ ਇਹ ਮਹਿਲਾ ਅਧਿਆਪਕ ਉਸਦੇ ਦਫ਼ਤਰ 'ਚ ਆਉਂਦੀ ਹੈ ਅਤੇ ਇਸ ਤੋਂ ਬਾਅਦ ਪ੍ਰਿੰਸੀਪਲ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੰਦਾ ਹੈ। ਇੰਨਾ ਨਹੀਂ, ਮਹਿਲਾ ਅਧਿਆਪਕ ਵੀ ਸਕੂਲ ਦੇ ਪ੍ਰਿੰਸੀਪਲ ਦਾ ਸਾਥ ਮਜਬੂਰੀ 'ਚ ਦਿੰਦੀ ਨਜ਼ਰ ਆ ਰਹੀ ਹੈ। ਪਹਿਲਾਂ ਦੇਖੋ ਇਹ ਸਾਰੀ ਵੀਡੀਓ। ਇਸਦੇ ਨਾਲ ਹੀ ਇੱਕ ਹੋਰ ਵੀਡੀਓ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਮੋਬਾਈਲ 'ਤੇ ਗੱਲ ਕਰਦਾ ਕਰਦਾ ਪ੍ਰਿੰਸੀਪਲ ਆਪਣੀ ਦਫ਼ਤਰ 'ਚ ਖੜ੍ਹੀ ਇੱਕ ਔਰਤ ਨਾਲ ਅਸ਼ਲੀਲ ਹਰਕਤ ਕਰ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓਜ਼ ਵਾਇਰਲ ਹੋਣ ਦੀ ਦੇਰ ਸੀ ਸਿੱਖਿਆ ਵਿਭਾਗ 'ਚ ਭਾਜੜ ਪੈ ਗਈ, ਜਿਸ ਤੋਂ ਬਾਅਦ ਜਿੱਥੇ ਸਕੂਲ ਦੀ ਖੂਬ ਬਦਨਾਮੀ ਹੋ ਰਹੀ ਹੈ, ਇਹ ਦੋਵੇਂ ਵੀਡੀਓਜ਼ ਪੂਰੇ ਖੇਤਰ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਦੇ ਜਾਂਚ ਦੇ ਹੁਕਮ ਦੇ ਦਿੱਤੇ ਨੇ, ਜਿਸ ਤੋਂ ਬਾਅਦ ਪੜਤਾਲ ਲਈ ਪ੍ਰਿੰਸੀਪਲ ਸੁਰੇਸ਼ ਕੁਮਾਰੀ ਅਤੇ ਡਿਪਟੀ DO ਰਾਕੇਸ਼ ਕੁਮਾਰ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਪੂਰੇ ਮਾਮਲੇ 'ਚ ਜਾਂਚ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਸਰ, ਉਸਕੇ ਰਿਗਾਰਡਿੰਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੇ ਹਮਾਰੀ ਡਿਊਟੀ ਲਗਾਈ ਹੈ ਇਨਕੁਆਇਰੀ ਕਰਨੇ ਕੇ ਲੀਏ, ਔਰ ਜੋ ਵੀ ਉਸਕੇ ਰਿਗਾਰਡਿੰਗ ਫੈਕਟ ਸਾਹਮਣੇ ਆਉਣਗੇ ਉਸਕੀ ਰਿਪੋਰਟ ਦੇ ਦੀ ਜਾਏਗੀ। ਹਾਂਜੀ ਸਰ, ਕੀ ਕਹਿਣਾ ਇਹਦੇ ਬਾਰੇ? ਕੱਲ੍ਹ ਮੈਨੂੰ ਨਾ ਇਹਦੇ ਬਾਰੇ ਜਾਣਕਾਰੀ ਮਿਲੀ, ਫਿਰ ਮੈਂ ਉਸੇ ਵਕਤ ਜਿਹੜਾ ਨਾ ਟੀਮ ਬਣਾਤੀ ਇਨਕੁਆਇਰੀ ਦੀ, ਉਹਦੇ ਵਿੱਚ ਡਿਪਟੀ DO ਰਾਕੇਸ਼ ਕੁਮਾਰ ਅਤੇ ਮੈਡਮ ਸੁਦੇਸ਼ ਕੁਮਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਜੀ, ਉਹਨਾਂ ਨੇ ਟੀਮ ਬਣਾਤੀ। ਉਹ ਇਨਕੁਆਇਰੀ ਉਹਨਾਂ ਨੂੰ ਕੱਲ੍ਹ ਹੀ ਜਿਹੜਾ ਉਹਨਾਂ ਦੇ ਮੋਬਾਈਲ 'ਤੇ ਭੇਜ ਦਿੱਤੀ ਅਤੇ ਉਹਨਾਂ ਨੂੰ ਫੋਨ ਵੀ ਕਰ ਦਿੱਤੇ ਤਾਂ ਉਹ ਅੱਜ ਇਨਕੁਆਇਰੀ ਜਿਹੜਾ ਰਿਪੋਰਟ ਗਏ ਆ ਇਨਕੁਆਇਰੀ ਕਰਨ। ਰਿਪੋਰਟ ਆਏਗੀ। ਜੇ ਇਹ ਜਿਹੜੀ ਬੜੀ ਮਨ ਭਾਗੀ ਘਟਨਾ ਆ, ਬੜਾ ਦੁੱਖ ਦੀ ਗੱਲ ਆ ਕਿ ਇਸ ਪਵਿੱਤਰ ਸੰਸਥਾ ਇੰਸਟੀਚਿਊਟ ਦੇ ਵਿੱਚ ਜੇ ਇੱਦਾਂ ਦੀ ਘਟਨਾ ਤਾਂ ਉਹਨਾਂ ਨੂੰ ਕਦੀ ਬਖਸ਼ਿਆ ਨਹੀਂ ਜਾਏਗਾ, ਉਹਨਾਂ ਦੇ ਵਿਰੁੱਧ ਸਭ ਤੋਂ ਸਖ਼ਤ ਕਾਰਵਾਈ। ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿੱਥੇ ਦੀ ਅਤੇ ਕੌਣ ਨੇ ਜੀ ਟੀਚਰ ਜੀ? ਵੀਡੀਓ ਜਿਹੜੀ ਵਾਇਰਲ ਹੋਈ ਉਹ ਤਾਂ ਜੋ ਮੈਂ ਦੇਖਣ ਚਾਹਿਆ ਵੀ ਇਹ ਜਿਹੜਾ ਪ੍ਰਿੰਸੀਪਲ ਦਤਾਰਪੁਰ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਉੱਥੇ ਉਹਦੀ ਹੈਗੀ ਆ, ਉਹ ਅੱਜ ਭੇਜਿਆ ਬਾਕੀ ਉਹਨਾਂ ਇਨਕੁਆਇਰੀ ਤੋਂ ਪਤਾ ਲੱਗ ਜਾਏਗਾ। ਜਿਹੜੀ ਹਰਕਤ ਆ ਸਕੂਲ ਦੇ ਟੀਚਰਾਂ ਨਾਲ ਹੀ ਹੋ ਰਹੀ ਹੈ ਜਾਂ ਕਿਸੇ ਤਰ੍ਹਾਂ ਦੀ ਕਿੱਦਾਂ ਦਾ?
ਅਤੇ ਉਹ ਹੁਣ ਪਤਾ ਲੱਗ ਜਾਏਗਾ ਉਹਦੇ ਵਿੱਚ ਵੀਡੀਓ ਉਹਨਾਂ ਨੂੰ ਭੇਜ ਦਿੱਤੀ ਆ, ਪੂਰੀ ਰਿਪੋਰਟ ਉਹ ਦੇ ਦੇਣਗੇ, ਫਿਰ ਸਾਰਾ ਕੁਛ ਪਤਾ ਲੱਗ ਜਾਏਗਾ। ਅਸੀਂ ਤੁਰੰਤ ਜਿਹੜੀ ਆ ਹਾਇਰ ਅਥਾਰਟੀ ਨੂੰ ਕਾਰਵਾਈ ਕਰਨੀ। ਕੋਈ ਕਿਸੇ ਤਰ੍ਹਾਂ ਦੀ ਪਹਿਲਾਂ ਕੋਈ ਕੰਪਲੇਂਟ ਪਿੰਡ ਵੱਲੋਂ ਕੋਈ ਕੰਪਲੇਂਟ ਨਹੀਂ, ਕੱਲ੍ਹ ਸ਼ਾਮੀ ਮੈਨੂੰ ਪਤਾ ਲੱਗਾ ਤਾਂ ਉਸੀ ਵਕਤ ਹੀ ਕਾਰਵਾਈ ਕੀਤੀ। ਕੋਈ ਲਿਖਤੀ ਕੋਈ ਕੰਪਲੇਂਟ ਅਜੇ ਤੱਕ ਵੀ ਨਹੀਂ ਆਈ ਕਿਸੇ ਵੱਲੋਂ, ਨਾ ਕੋਈ ਲੇਡੀ ਟੀਚਰ ਤੋਂ ਆਈ, ਨਾ ਪ੍ਰਿੰਸੀਪਲ ਉੱਥੇ ਦਫ਼ਤਰ ਤੋਂ, ਨਾ ਪਿੰਡ ਵਾਲਿਆਂ ਤੋਂ ਆਈ। ਇਹ ਜ਼ਰੂਰ ਵੈਸੇ ਸਾਨੂੰ ਦੱਸਣਾ ਬਣਦਾ ਹੈਗਾ ਪਹਿਲਾਂ ਕੋਈ ਕੰਪਲੇਂਟ ਕਰਦੇ ਤਾਂ ਕਿ ਅਸੀਂ ਪਹਿਲਾਂ ਵੀ ਕੋਈ ਇਹਦਾ ਧਿਆਨ ਰੱਖਦੇ, ਇੱਦਾਂ ਦੀ ਕੋਈ ਘਟਨਾ ਨਾ ਵਾਪਰੇ। ਫਿਲਹਾਲ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਹ ਮਿਹਨਤੀ ਅਤੇ ਇਮਾਨਦਾਰ ਟੀਚਰ ਵੀ ਬਦਨਾਮ ਹੋ ਜਾਂਦੇ ਨੇ ਜੋ ਆਪਣੇ ਪੇਸ਼ੇ ਨੂੰ ਧਰਮ ਵਾਂਗ ਨਿਭਾਉਂਦੇ ਨੇ, ਪਰ ਅਜਿਹੀਆਂ ਕਾਲੀਆਂ ਭੇਟਾਂ ਕਾਰਨ ਇਹ ਪੇਸ਼ਾ ਵੀ ਬਿਨਾਂ ਮਤਲਬ ਬਦਨਾਮ ਹੋ ਜਾਂਦਾ ਹੈ। ਸੋ ਹੁਣ ਚਾਹੀਦਾ ਹੈ ਕਿ ਅਜਿਹੇ ਪ੍ਰਿੰਸੀਪਲ ਦੇ ਖਿਲਾਫ਼ ਬਣਦੀ ਵਿਭਾਗ 'ਤੇ ਕਾਨੂੰਨੀ ਕਾਰਵਾਈ ਨੂੰ ਛੇਤੀ ਤੋਂ ਛੇਤੀ ਅਮਲ 'ਚ ਲਿਆ ਕੇ ਉਸ ਨੂੰ ਸਜ਼ਾ ਦਿਵਾਈ ਜਾਵੇ। ਬਿਊਰੋ ਰਿਪੋਰਟ, ਹਕੀਕਤ ਟੀਵੀ।